ਇੱਥੇ ਪੀਲ ਦੇ ਵਿੱਚ ਹੁਣ ਬੜੀ ਜਲਦੀ 18 ਸਾਲ ਤੋਂ ਉੱਪਰ ਦੀ ਉਮਰ ਦੇ ਲੋਕ ਜਿਹੜੇ ਆ ਉਹ ਵੈਕਸੀਨੇਸ਼ਨ ਲਈ ਬੁੱਕ ਕੀਤੇ ਜਾਣਗੇ। ਹਜੇ ਸਰਕਾਰ ਨੇ ਉਸ ਦੀ ਡਿਟੇਲ ਨਹੀਂ ਦਿੱਤੀ, ਪਰ ਉਹਦੇ ਨਾਲ ਨਾਲ ਸ਼ੁੱਕਰਵਾਰ ਤੋਂ ਭਾਵ ਕੱਲ੍ਹ ਤੋਂ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਹੈ ਉਹ ਆਪਣੀ ਵੈਕਸੀਨ ਦੀ ਅਪੁਆਇੰਟਮੈਂਟ ਬੁੱਕ ਕਰਵਾ ਸਕਣਗੇ। L6R, L6S, L6T, L6Y, L6V, L6Z ਅਤੇ L6C ਇਹ ਉਹ ਪੋਸਟਲ ਕੋਡ ਹੈ ਜੇ ਤੁਸੀਂ ਇਹਨਾਂ 'ਚ ਰਹਿੰਦੇ ਹੋ ਅਤੇ ਤੁਸੀਂ ਕੱਲ੍ਹ ਤੋਂ 50 ਸਾਲ ਦੀ ਉੱਪਰ ਦੀ ਉਮਰ ਦੇ ਹੋ ਅਤੇ ਆਪਣੀ ਵੈਕਸੀਨੇਸ਼ਨ ਬੁੱਕ ਕਰਵਾ ਸਕਦੇ ਹੋ। ਲੇਕਿਨ 18 ਸਾਲ ਵਾਲੇ ਕਦੋਂ ਤੋਂ ਕਰਾਉਣਗੇ ਇਹਦੇ ਬਾਰੇ ਪ੍ਰੋਵਿੰਸ਼ੀਅਲ ਸਰਕਾਰ ਨੇ ਹਜੇ ਕੋਈ ਐਲਾਨ ਨਹੀਂ ਕੀਤਾ। ਉਮੀਦ ਹੈ ਕਿ ਅਗਲੇ ਹਫ਼ਤੇ ਹਰ ਉਹ ਵਿਅਕਤੀ ਜੋ 18 ਸਾਲ ਤੋਂ ਉੱਪਰ ਹੈ ਔਰ ਇਹਨਾਂ ਕੁਝ ਖਾਸ ਪੋਸਟਲ ਕੋਡ 'ਚ ਰਹਿੰਦਾ ਹੈ ਉਹਨਾਂ ਨੂੰ ਇਜਾਜ਼ਤ ਵੈਕਸੀਨੇਸ਼ਨ ਦੀ ਮਿਲ ਜਾਏਗੀ। ਉੱਧਰ ਇੱਕ ਇਸ ਵੇਲੇ ਖਿੱਚਾਤਾਨੀ ਚੱਲ ਰਹੀ ਹੈ ਸਕੂਲ ਬੋਰਡਸ ਔਰ ਪ੍ਰੋਵਿੰਸ਼ੀਅਲ ਸਰਕਾਰ ਦੇ ਦਰਮਿਆਨ। ਬੱਚਿਆਂ ਦੀ ਸਕੂਲ ਦੇ ਵਿੱਚ ਜਿਹੜੀ ਏਸਿਮਟੋਮੈਟਿਕ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੀ ਟੈਸਟਿੰਗ ਨੂੰ ਲੈ ਕੇ ਇੱਕ ਪਾਸੇ ਪੀਲ ਸਕੂਲ ਬੋਰਡ ਬੰਦ ਹੈ 18 ਅਪ੍ਰੈਲ ਤੱਕ, ਟੋਰਾਂਟੋ ਵੀ ਬੰਦ ਹੈ, ਹਾਲਟਨ ਵੀ ਬੰਦ ਹੈ। ਦੂਜੇ ਪਾਸੇ ਸਾਡੇ ਮਿਨਿਸਟਰ ਆਫ ਐਜੂਕੇਸ਼ਨ ਸਟੀਵਨ ਲੈਚੇ ਕਹਿ ਰਹੇ ਹੈ ਕਿ ਸਕੂਲ ਸੇਫ ਹਨ, ਇਹ ਜਿਹੜੇ ਸਕੂਲ ਬੰਦ ਕੀਤੇ ਗਏ ਆ ਇਹ ਗਲਤ ਹੈ, ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਮਰਜ਼ੀ ਸਕੂਲ ਬੋਰਡਾਂ ਦੀ ਚੱਲ ਰਹੀ ਹੈ ਨਾ ਕਿ ਮਿਨਿਸਟਰ ਦੀ। ਤਾਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਟੈਸਟਿੰਗ ਦੇ ਲਈ ਕੀ ਕੁਝ ਇੰਤਜ਼ਾਮ ਹੈ ਇਹ ਵੀ ਐਲਾਨ ਬੜੀ ਜਲਦੀ ਕੀਤਾ ਜਾ ਰਿਹਾ। ਔਰ ਉੱਧਰ ਨਾਲ ਨਾਲ ਦੱਸ ਦਈਏ ਜੀ ਕਿ ਜਿਹੜੇ ਟੀਚਰਸ ਨੇ ਉਹਨਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ ਪਹਿਲ ਦੇ ਆਧਾਰ ਦੇ ਉੱਤੇ ਵੈਕਸੀਨੇਸ਼ਨ ਵਾਸਤੇ। ਤਾਂ ਜਦੋਂ ਹੁਣ ਫੇਜ਼ 2 ਦੀ ਅਗਲੀ ਕਾਰਵਾਈ ਸ਼ੁਰੂ ਹੋਏਗੀ, ਪੜਾਅ ਸ਼ੁਰੂ ਹੋਏਗਾ, ਤਾਂ ਸਕੂਲਾਂ ਦੇ ਵਿੱਚ ਕੰਮ ਕਰਦਾ ਸਟਾਫ, ਟੀਚਰ ਔਰ ਅਲਾਈਡ ਸਟਾਫ ਉਹਨਾਂ ਨੂੰ ਵੀ ਲੱਗਣਗੇ ਵੈਕਸੀਨਸ। ਸੂਬੇ ਦੇ ਵਿੱਚ ਵੱਧ ਰਹੀ ਮਹਾਮਾਰੀ ਨੂੰ ਦੇਖਦਿਆਂ ਜਿੱਥੇ ਓਨਟਾਰੀਓ ਦੇ ਕਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਉੱਥੇ ਹੀ ਹੁਣ ਬੱਚਿਆਂ ਨੂੰ ਮਿਲਣ ਵਾਲੀ ਅਪ੍ਰੈਲ ਬ੍ਰੇਕ ਦੌਰਾਨ ਸਕੂਲਾਂ ਦੀ ਲਾਜ਼ਮੀ ਸਫਾਈ ਅਤੇ ਸਕਰੀਨਿੰਗ ਦੀਆਂ ਜ਼ਰੂਰਤਾਂ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਤੇ ਬੋਲਦਿਆਂ ਸਿੱਖਿਆ ਮੰਤਰੀ ਸਟੀਫਨ ਲੈਚੇ ਨੇ ਬੱਚਿਆਂ ਦੀ ਸੇਫਟੀ ਵਾਸਤੇ ਵਾਧੂ ਸੁਰੱਖਿਆ ਉਪਾਵਾਂ ਦੀ ਘੋਸ਼ਣਾ ਕੀਤੀ ਹੈ, ਜਿਸ ਦੇ ਵਿੱਚ ਬੱਚਿਆਂ ਨੂੰ ਮਿਲਣ ਵਾਲੀ ਸਪਰਿੰਗ ਬ੍ਰੇਕ ਦੌਰਾਨ ਸਕੂਲਾਂ ਦੀ ਕਲੀਨਿੰਗ, 12 ਤੋਂ 18 ਅਪ੍ਰੈਲ ਦਰਮਿਆਨ ਜਿਨ੍ਹਾਂ ਨੂੰ ਕੋਈ ਸਿਮਟਮਸ ਨਹੀਂ ਹੈ ਉਹਨਾਂ ਲਈ ਕੋਵਿਡ-19 ਟੈਸਟਾਂ ਦੀ ਪੇਸ਼ਕਸ਼, ਸੇਫਟੀ ਪ੍ਰੋਟੋਕੋਲਸ ਦੀ ਟ੍ਰੇਨਿੰਗ, ਸਕੂਲਾਂ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਲਾਜ਼ਮੀ ਸਕਰੀਨਿੰਗ ਅਤੇ ਆਊਟਡੋਰ ਐਜੂਕੇਸ਼ਨ ਨੂੰ ਉਤਸ਼ਾਹਿਤ ਕਰਨਾ ਆਦਿ ਸ਼ਾਮਿਲ ਹੈ। ਸੂਬੇ ਦੇ ਵਿੱਚ ਬੁੱਧਵਾਰ ਨੂੰ ਐਲਾਨੇ ਗਏ ਸਟੇ ਐਟ ਹੋਮ ਆਰਡਰ ਦੇ ਤਹਿਤ ਸਕੂਲ ਇਨ ਕਲਾਸ ਲਰਨਿੰਗ ਲਈ ਖੁੱਲ੍ਹੇ ਰਹਿਣਗੇ ਜਦ ਤੱਕ ਸਥਾਨਕ ਜਨਤਕ ਸਿਹਤ ਯੂਨਿਟ ਹੋਰ ਫੈਸਲਾ ਨਹੀਂ ਲੈ ਲੈਂਦੇ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਲਈ ਓਨਟਾਰੀਓ ਦੇ ਸਕੂਲਾਂ ਨੂੰ ਵਿਦਿਆਰਥੀਆਂ, ਸਟਾਫ ਅਤੇ ਉਹਨਾਂ ਦੇ ਪਰਿਵਾਰਾਂ ਲਈ ਸੁਰੱਖਿਅਤ ਅਤੇ ਖੁੱਲ੍ਹਾ ਰੱਖਣ ਤੋਂ ਇਲਾਵਾ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੈ। ਉਹਨਾਂ ਕਿਹਾ ਕਿ ਇਸੇ ਕਰਕੇ ਅਸੀਂ ਆਪਣੇ ਐਜੂਕੇਸ਼ਨ ਵਰਕਰਸ ਯਾਨੀ ਕਿ ਸਿੱਖਿਆ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਲਈ ਕਿਹਾ ਹੈ ਤਾਂ ਜੋ ਸਾਡੇ ਵਿਦਿਆਰਥੀ 19 ਅਪ੍ਰੈਲ ਨੂੰ ਆਪਣੇ ਕਲਾਸਰੂਮ ਦੇ ਵਿੱਚ ਸੁਰੱਖਿਅਤ ਵਾਪਸੀ ਕਰ ਸਕਣ ਅਤੇ ਉਹ ਹੱਕਦਾਰ ਵੀ ਨੇ ਤਾਂ ਜੋ ਉਹ ਸਿਖਲਾਈ ਜਾਰੀ ਰੱਖ ਸਕਣ ਅਤੇ ਅਸੀਂ ਉਸ ਨੂੰ ਲੈ ਕੇ ਵਚਨਬੱਧ ਹਾਂ। ਦੱਸ ਦਈਏ ਕਿ ਫੋਰਡ ਸਰਕਾਰ ਦੀ ਯੋਜਨਾ ਦੇ ਤਹਿਤ ਵਿਦਿਆਰਥੀਆਂ ਅਤੇ ਸਟਾਫ ਲਈ ਕੋਵਿਡ ਟੈਸਟ ਕਰਵਾਉਣ ਲਈ 12 ਤੋਂ 18 ਅਪ੍ਰੈਲ ਦੇ ਦਰਮਿਆਨ 180 ਅਸੈਸਮੈਂਟ ਸੈਂਟਰਾਂ ਦੀ ਪੇਸ਼ਕਸ਼ ਕੀਤੀ ਗਈ ਹੈ ਜਿੱਥੇ ਜਾ ਕੇ ਉਹ ਆਪਣਾ ਟੈਸਟ ਕਰਵਾ ਸਕਦੇ ਨੇ। ਸਿੱਖਿਆ ਮੰਤਰੀ ਜੋ ਲੰਬੇ ਸਮੇਂ ਤੋਂ ਸਕੂਲਾਂ ਨੂੰ ਖੁੱਲ੍ਹੇ ਰੱਖਣ ਦੀ ਵਕਾਲਤ ਕਰ ਰਹੇ ਹਨ ਨੇ ਕਿਹਾ ਕਿ ਕੋਈ ਵੀ ਸਿੱਖਿਆ ਕਰਮਚਾਰੀ ਜੋ ਟੋਰਾਂਟੋ ਜਾਂ ਪੀਲ ਦੇ ਵਿੱਚ ਕੰਮ ਕਰਦਾ ਹੈ ਉਹ ਕੋਵਿਡ ਦਾ ਟੀਕਾ ਲਗਵਾ ਸਕਦਾ ਹੈ। ਇਸ ਤੋਂ ਬਾਅਦ ਜਿਵੇਂ ਜਿਵੇਂ ਵੈਕਸੀਨ ਦੀ ਸਪਲਾਈ ਵੱਧਦੀ ਜਾਵੇਗੀ ਉਵੇਂ ਉਵੇਂ ਹੀ ਯੋਰਕ, ਓਟਵਾ, ਹੈਮਿਲਟਨ, ਹਾਲਟਨ ਦੇ ਸਿੱਖਿਆ ਕਰਮਚਾਰੀਆਂ ਨੂੰ ਵੀ ਟੀਕਾ ਲਗਾਇਆ ਜਾਵੇਗਾ। We can protect our students while taking action in our community. That is precisely what we're doing today. Now, in the context of the April break, we are introducing new protocols to ensure students can return to class safely following that break. That includes an expansion of asymptomatic testing to include testing during the break in all pharmacy and assessment centers for asymptomatic purposes. Before that didn't exist. You had to be symptomatic to go to an assessment center. We are now providing access province-wide to all assessment centers and pharmacies for both the symptomatic that existed and asymptomatic testing. That is a significant improvement and enhancement to access to testing in your neighborhood. And we are encouraging parents and staff, and of course students that are of age, to get tested ahead of your return. We have also we're also going to be expanding our in-school testing through the Ministry of Education's asymptomatic testing program. We are providing and mandating on-site confirmation for self-screening of students and staff before the screening
was done at high school, and for staff, you had an active person asking you questions. Have you been out of the country? Do you live with a sibling that is sick, for example? Do you have any symptoms? Whereas in elementary school, we didn't do that. We're now mandating it for all schools in this province, elementary and high school and staff, to ensure that active screening is strengthened given the importance of identifying cases before they come to school and not letting them into our school if they have any symptoms at all. We're going to be mandating refresher training for all students and staff on the safety protocols upon their return from their break, making sure that our students are listening and being educated on these important steps they can take to protect themselves, to protect their parents, their grandparents, the people we love within our homes and within our communities. We're also going to be encouraging outdoor education, more outdoor learning where it is possible this spring and summer. We know it has helped us in the fall. We're going to be strongly urging as much education, experiential, outside, in our parks, in our playgrounds, to make this learning process positive but safe. And finally, we're enhancing cleaning, deep cleaning of our schools before kids return over the April break. That is a mandate. And to be fair, many school boards intended to do this. We're going to make sure it gets done right across Ontario. For the week of April 12th to the 18th, pharmacies that offer testing and all assessment centers across the province will accept appointments, as I noted, from students and education staff for asymptomatic testing. That is going to be positive. Now, the government also confirmed the vaccination of education staff will be accelerated because the Premier, when he said he will do whatever it takes to keep schools safe, to keep them open, this is a clear demonstration of that commitment. Now, we face a challenge of supply in Ontario. I know all provinces do in this country. However, to ensure we focus on those at highest risk, we're ensuring starting over the April break, using that window of opportunity to really get these vaccines into the arms of staff, all special education staff province-wide will have access to the vaccine starting over the April break. For education workers, all of them, our educators, our bus drivers, everyone involved, our EAs, our principals, everyone involved within our schools that cannot work from home, starting in Toronto and Peel, for all education staff, focused in on those high priority areas for staff that live or that work within those communities will now have access to the vaccine starting April break. Again, focusing and starting in Toronto and Peel based on that supply challenge, but scaling it up to go to other public health units, including in Halton, in York, in Hamilton, in Durham, and in Ottawa. And as supply comes more online over the coming weeks, right across this province, because we are determined to ensure every single educator, every single bus driver, EA, EC, everyone who's involved in the delivery of care of our kids in our schools, that they get access to this vaccine. ਇੱਥੇ ਦੱਸਣਾ ਬੰਦ ਹੈ ਕਿ ਸਰਕਾਰ ਵੱਲੋਂ ਜਿਨ੍ਹਾਂ ਅਧਿਆਪਕਾਂ ਨੂੰ ਕੋਈ ਸਿੰਪਟਮਸ ਨਹੀਂ ਹਨ, ਉਹਨਾਂ ਨੂੰ ਵੀ COVID-19 ਟੈਸਟ ਦੀ ਆਫਰ ਦਿੱਤੀ ਗਈ ਹੈ ਅਤੇ ਉਹ 12 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਦੇ ਦਰਮਿਆਨ ਆਪਣਾ ਟੈਸਟ ਕਰਵਾ ਸਕਦੇ ਨੇ। ਇਸ ਤੋਂ ਇਲਾਵਾ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਲੋਕ ਜੋ ਹਾਈ ਰਿਸਕ ਤੇ ਹਨ ਉਹਨਾਂ ਨੂੰ ਵੀ ਹੁਣ ਵੈਕਸੀਨ ਲਗਾਈ ਜਾਵੇਗੀ। ਇਹ ਵੀ ਪ੍ਰੀਮੀਅਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਟੇ ਐਟ ਹੋਮ ਆਰਡਰ ਦੇ ਖਤਮ ਹੋਣ ਤੋਂ ਪਹਿਲਾਂ 40% ਅੰਟਾਰੀਓ ਅਡਲਟਸ ਨੂੰ ਵੈਕਸੀਨ ਲਗਾ ਦਿੱਤੀ ਜਾਵੇਗੀ।